ਮੈਂ ਦੇਖਦਾ ਕਿ ਮੜੀਆਂ ਤੇ ਮੇਲੇ ਲੱਗਦੇ ਲੋਕੀ ਨਾਉਣ ਕੀ ਆਈ ਡੋਟ ਨੋ ਮੈਨੂ ਕਰਨਾ ਸੋ ਮੜੀ ਬਣਾ ਦਿੱਤੀ ਗਈ ਸਿੱਧੂ ਮੂਸੇ ਵਾਲੇ ਦੀ ਉੱਥੇ ਲੋਕ ਨਤਮਸਤਕ ਹੋਣ ਲੱਗ ਪਏ ਠੀਕ ਹੈ ਗਾਇਕਾਂ ਦੀ ਜਿਹੜੇ ਚੀਜ਼ ਨੇ ਇਹਨਾਂ ਦੀਆਂ ਮੜੀਆਂ ਬਣਦੀਆਂ ਰਹਿੰਦੀਆਂ ਨੇ ਜੇ ਆਪਣੇ ਰਾਜਸਥਾਨ ਦੇ ਅਨੂਪਗੜ੍ਹ ਦੇ ਕੋਲੇ ਲਾਲਾ ਮਜਨੂ ਦੀ ਮਜ਼ਾਰ ਵੀ ਹੈਗੀ ਆ ਸੋ ਜਿਉਣੇ ਮੋੜ ਦੀ ਵੀ ਹੈਗੀ ਆ ਤੇ ਇੱਥੇ ਵੀ ਜੌਨੇ ਮੋੜ ਦਾ ਵੀ ਗਾਣਾ ਸੀ ਮੜੀਆਂ ਤੇ ਮੇਲੇ ਲੱਗਦੇ ਸੋ ਉੱਥੇ ਮੜੀ ਬਣਾ ਦਿੱਤੀ ਗਈ ਆ ਉਹਦੇ ਬਾਰੇ ਕੀ ਕਹੋਗੇ ਸਿੱਖ ਧਰਮ ਦੇ ਵਿੱਚ ਤਾਂ ਪਹਿਲੀ ਗੱਲ ਤੇ ਆ ਕਿ ਵੇਖੋ ਜੇ ਸਿੱਧੂ ਮੂਸੇਵਾਲੇ ਨੇ ਕੁਝ ਚੰਗਾ ਲਿਖਿਆ ਸੀ ਚੰਗਾ ਗਾਇਆ ਸੀ ਤੇ ਤੁਸੀਂ ਕੋਈ ਲਾਇਬ੍ਰੇਰੀ ਬਣਾ ਦਿਓ ਉਹਦੇ ਨਾਂ ਤੇ ਤੁਸੀਂ ਕੋਈ ਹਸਪੀਟਲ ਬਣਾ ਦਿਓ ਕੋਈ ਕੋਈ ਸੰਸਥਾ ਇਹੋ ਜੀ ਖੜੀ ਕਰ ਦਿਓ ਤੁਸੀਂ ਜੇ ਜ ਉਹਦੇ ਪਿੱਛੇ ਕੰਮ ਹੀ ਕਰਨਾ ਸੀ ਤਾਂ ਬਹੁਤ ਕੁਝ ਕੀਤਾ ਜਾ ਸਕਦਾ ਸੀ ਮਟੀਆਂ ਤੇ ਪਹਿਲੇ ਹੀ ਬਹੁਤ ਹੋ ਇਕੋ ਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਚਾਹੀਦਾ ਮੈਨੂੰ ਪਤਾ ਜਿਵੇਂ ਇਹ ਗੱਲ ਸਾਡੇ মিডিਆ ਵਿੱਚ ਜਾਣੀ ਆ ਤੇ ਕਈਆਂ ਨੂੰ ਤਕਲੀਫ ਹੁੰਦੀ ਪਰ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਇਸ ਬੰਨੇ ਇਸ ਰਾਹ ਨਾ ਪਈਏ ਆਪਾਂ ਹੁਣ ਮੱਠੀ ਤੇ ਅਮਰ ਜੋਤ ਚਮਕੀਲੇ ਦੀ ਵੀ ਬਣੀ ਹੋਈ ਆ ਮਤਲਬ ਤੁਸੀਂ ਇਸ ਬੰਨੇ ਜੇ ਅਸੀਂ ਸਾਧਾਂ ਦੀਆਂ ਮੱਠੀਆਂ ਦੀ ਗੱਲ ਕਰਦੇ ਆ ਜੇ ਅਸੀਂ ਕਹਿੰਦੇ ਵੀ ਸਾਧਾ ਬਾਬਿਆਂ ਦੇ ਉਹ ਜਦੋਂ ਮਰ ਜਾਂਦੇ ਤੇ ਉਹਨਾਂ ਨੂੰ ਉਹਨਾਂ ਨੂੰ ਗੁਰਦੁਆਰੇ ਵਿੱਚ ਹੀ ਉਹਦਾ ਸੰਸਕਾਰ ਕਰਕੇ ਤੇ ਉੱਥੇ ਹੀ ਉਹਨਾਂ ਨੂੰ ਨੀਠਾ ਸਾਹਿਬ ਕਹਿਣ ਲੱਗ ਪੈਂਦੇ ਆ ਅਸੀਂ ਇਸ ਗੱਲ ਦੇ ਵੀ ਅੱਕ ਜੀ ਸਾਡੀ ਹਮਦਰਦੀ ਪੂਰੀ ਉਸ ਪਰਿਵਾਰ ਦੇ ਨਾਲ ਪਰ ਸਾਡੀ ਜਿਹੜੀਆਂ ਕੁਝ ਔ ਰੀਤਾ ਨੇ ਸਾਡੇ ਸਿੱਖ ਧਰਮ ਦੀਆਂ ਕੁਝ ਵਿਚਾਰਾਂ ਨੇ ਅਸੀਂ ਉਹਨਾਂ ਨੂੰ ਵੀ ਧਿਆਨ ਰੱਖਣਾ ਸਾਨੂੰ ਤੇ ਇੱਥੇ ਮੈਨੂੰ ਲੱਗਦਾ ਕਿ ਉਹਨਾਂ ਦੇ ਪਰਿਵਾਰ ਨੂੰ ਕੋਈ ਸੁਝਾ ਜਾ ਕੇ ਕੋਈ ਨੇੜਲੇ ਬੰਦੇ ਜਾ ਕੇ ਦੇਣ ਵੀ ਅਜੇ ਵੀ ਕੁਝ ਨਹੀਂ ਹੈਗਾ ਤੁਸੀਂ ਉਹਦਾ ਕੋਈ ਰੂਪ ਬਦਲ ਦਿਓ ਤੁਸੀਂ ਕੋਈ ਉਹਦੇ ਨਾਂ ਤੇ ਕੋਈ ਕੋਈ ਲਾਇਬ੍ਰੇਰੀ ਖੋਲ ਦਿਓ ਕੋਈ ਸੰਸਥਾ ਖੋਲ ਦਿਓ ਕੁਝ ਵੀ ਕੀਤਾ ਜਾ ਸਕਦਾ ਉਹ ਤੇ ਉਹਦੇ ਸੁਝਾ ਦੇਣ ਵਾਲੇ ਪਰ ਇਹ ਮੱਠੀ ਵਾਲਾ ਕੰਮ ਜੇ ਜਿਉਂਦਾ ਰੱਖਣਾ ਤੇ ਜੀ ਜੀ ਜੇ ਸਦਾ ਜਿਉਂਦਾ ਰੱਖਣਾ ਤੇ ਲਾਇਬ੍ਰੇਰੀ ਬਣਾਓ ਖੇਡ ਸਟੇਡੀਅਮ ਬਣਾਓ ਸਕੂਲ ਬਣਾਓ ਇਹ ਖੇਡ ਸਟੇਡੀਅਮ ਬਣਦਾ ਉੱਥੋਂ بڑے ਬੱਚੇ ਪੈਦਾ ਹੋਣਗੇ ਬੜੇ ਖਿਡਾਰੀ ਪੈਦਾ ਹੋਏ ਬਹੁਤ ਕੁਝ ਸਾਡਾ ਉਹਨਾਂ ਦੇ ਪਰਿਵਾਰ ਨੂੰ ਵੀ ਇਹ ਸੁਝਾਵਾ ਕਿ ਜੇ ਇਸ ਬੰਨੇ ਧਿਆਨ ਦਿੱਤਾ ਜਾਵੇ ਤੇ ਵਧੀਆ ਗੱਲ ਆ ਬਾਕੀ ਜਿਹੜੇ ਜਿਹੜੇ ਜਿੱਥੇ ਜਿਹੜੇ ਉਹਨਾਂ ਦੇ ਇਰਤ ਗਿਰਦ ਉਹ ਵੀ ਜੇ ਇਸ ਬੰਨੇ ਸੁਝਾ ਦੇਣ ਕਿਉਂਕਿ ਸਾਡਾ ਜਦੋਂ ਹਵਾ ਵਗਦੀ ਹੈ ਨਾ ਫਿਰ ਸਾਰੇ ਜਾ ਕੇ ਤੋਂ ਇਸ ਬੰਨੇ ਤੁਰਨ ਆ ਵਾ ਬੜੀ ਬਿਲਕੁਲ ਤੁਹਾਡੇ ਵਾਲੀ ਗੱਲ ਮੈਂ ਹਵਾ ਦੀ ਗੱਲ ਕਰਦਾ ਇਸ ਸਵਾ ਦੇ ਉੱਤੇ ਆਪਾਂ ਗੱਲਬਾਤ ਜਾਰੀ ਰੱਖਾਂਗੇ ਸੋ ਇਸ ਵਕਤ ਤੁਸੀਂ ਸਾਡੇ ਨਾਲ ਓਮਣੀ ਵੀਡੀਓਜ਼ ਅਤੇ ਰੇਡੀਓ ਪੰਜਾਬ ਟੂਡੇ ਦੇ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਉੱਤੇ ਜੁੜੇ ਹੋ ਇਹ ਗੱਲਬਾਤ ਭਾਈ ਸਾਬਜੀਤ ਸਿੰਘ ਧੁੰਦਾ ਹੋਰਾਂ ਦੇ ਨਾਲ ਹੋ ਰਹੀ ਹੈ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਲੱਗ ਰਹੀ ਹੈ ਏਥੇ ਹ ਕਮੈਂਟ ਜ਼ਰੂਰ ਕਰ ਦੇਣਾ ਸ਼ੇਅਰ ਕਰ ਦੇਣਾ ਤੁਹਾਡੇ ਜੇਕਰ ਕੋਈ ਸਵਾਲ ਨੇ ਤਾਂ ਏਥੇ ਕਮੈਂਟਸ ਦੇ ਵਿੱਚ ਕਰ ਦੇਣਾ ਅਗਲੀ ਗੱਲਬਾਤ ਜਿਹੜੀ ਹੈ ਉਹ ਤੁਹਾਡੇ ਨਾਲ ਜਾਰੀ ਰੱਖਦੇ ਹੋ ਏਥੇ ਤੁਹਾਨੂੰ ਜਵਾਬ ਦੇਾਂਗੇ ਇਸ ਤੋਂ ਇਲਾਵਾ ਭਾਈ ਧੁੰਦਾ ਸਾਹਿਬ ਵੀ ਜਿਹੜੇ ਨੇ ਤੁਹਾਡੀ ਗੱਲਬਾਤ ਦਾ ਜਵਾਬ ਏਥੇ ਕਮੈਂਟਸ ਤੇ ਰਾਹੀਂ ਦਿੰ ਅੱਗੇ ਪਾਸੇ ਮੋੜਦੇ ਹੋਏ ਥੋੜਾ ਜਿਹਾ ਅੱਗੇ ਚੱਲ ਜੇ ਤਾਂ ਅਸੀਂ ਮੌਜੂਦਾ ਸਮੇਂ ਦੇ ਵਿੱਚ ਜੋ ਪਿੱਛੇ ਹੈਗਾ ਕਿਉਂਕਿ ਇੱਕ ਧਾਰਮਿਕ ਜਿਹੜੇ ਸਾਡੇ ਨੇ ਪ੍ਰਚਾਰਕ ਨੇ ਉਹਨਾਂ ਦਾ ਅਲੱਗ ਹੈ ਸਾਡੇ ਕੁਝ ਫਰਜ਼ ਵੀ ਬੰਦੇ ਨੇ ਕੁਝ ਸਾਨੂੰ ਇਹ ਵੀ ਹੁੰਦਾ ਜਿਵੇਂ ਪਾਠੀ ਸਿੰਘਾਂ ਦੇ ਤੁਸੀਂ ਗੱਲ ਕੀਤੀ ਪਾਠੀ ਸਿੰਘਾਂ ਦੀ ਜਿਹੜੀ ਮੈਂ ਸਥਿਤੀ ਦੇਖਿਆ ਕਿ ਰਾਗੀ ਸਿੰਘ ਖੁੱਲਾ ਪੈਸਾ ਲੈ ਕੇ ਆਉਂਦੇ ਨੇ ਪ੍ਰਚਾਰਕ ਵੀ ਆਉਂਦੇ ਨੇ ਪਰ ਜਿਹੜੀ ਮੈਂ ਪਾਠੀ ਸਿੰਘਾਂ ਦੀ ਗੱਲ ਕਰਾਂ ਜਿੱਥੋਂ ਅਸੀਂ ਸਭ ਕੁਝ ਭਾਲਦੇ ਅਸੀਂ ਤੋਂ ਤਾਂ ਲਾਉਣੇ ਵੀ ਦੇ ਗਿਆ ਪਾਠੀ ਸਿੰਘ ਦੇ ਕੱਪੜੇ ਲੀੜੇ ਉਹਦੇ ਬੱਚਿਆਂ ਵੱਲ ਧਿਆਨ ਨਹੀਂ ਇਹ ਪਾਠੀ ਸਿੰਘ ਜਿਹੜੇ ਨੇ ਇਹਨਾਂ ਦੀ ਜਿਹੜੀ ਦੁਰਦਸ਼ਾ ਹੈਗੀ ਆ ਇਹ ਬੜੀ ਸੁਧਾਰਨ ਦੀ ਲੋੜ ਹੈ ਕਿਉਂਕਿ ਸਾਡਾ ਗੁਰੂ ਗ੍ਰੰਥ ਸਾਹਿਬ ਦੇ ਅਸਲ ਸੇਵਾ ਦਾ ਅਰਤਾਬਿਆ ਦਾ ਇਹੀ ਨੇ ਸੋ ਇਹਨਾਂ ਬਾਰੇ ਤੁਹਾਡੇ ਵਿਚਾਰ ਕੀ ਨੇ ਤੇ ਸਾਡੀ ਸਿੱਖ ਕੌਮ ਨੂੰ ਕੀ ਚਾਹੀਦਾ ਕਿਉਂਕਿ ਗੁਰੂ ਘਰਾਂ ਦੇ ਵਿੱਚ ਅਸੀਂ ਹੋਰ ਖਰਚੇ ਦਾ ਬਹੁਤ ਕਰ ਦਿੰਦੇ ਹਾਂ ਪਾਠੀ ਸਿੰਘਾਂ ਦੀ ਜਿਹੜੀ ਆ ਉਹਨਾਂ ਦੇ ਜੀਵਨ ਜਾਂਚ ਜਾਂ ਉਹਨਾਂ ਦੇ ਰਹਿਣ ਸਹਿਣ ਦੇ ਬਾਰੇ ਕਿਤੇ ਧਿਆਨ ਨਹੀਂ ਦਿੱਤਾ ਪੰਜਾਬ ਦੇ ਜੇ ਗੁਰਦੰਦ ਦੀ ਆਪਾਂ ਪਹਿਲਾਂ ਗੱਲ ਕਰਦੇ ਆਂ ਫਿਰ ਫਿਰ ਆਪਾਂ ਇਥੋਂ ਤੇ ਯੂ ਐਸ اے ਦੇ ਜਾਂ ਬਾਕੀ ਕੰਟਰੀ ਦੇ ਗੁਰਦੰਦ ਦੀ ਗੱਲ ਵੀ ਕਰਾਂਗੇ ਜੇ ਪੰਜਾਬ ਦੇ ਗੁਰਦੰਦ ਦੀ ਗੱਲ ਕਰਦੇ ਅਜੇ ਵੀ ਪੰਜਾਬ ਦੇ ਵਿੱਚ ਕੁਝ ਇਲਾਕੇ ਐਸੇ ਹੈਗੇ ਆ ਜਿੱਥੇ ਗੁਰਦ ਦਾ ਗਰੰਥੀ ਗੱਜਾ ਕਰਕੇ ਰੋਟੀ ਖਾਂਦਾ ਰੋਟੀ ਖਾਂਦਾ ਬਿਲਕੁਲ ਤਸਵੀਰ ਕਰਦਾ ਵੀ ਉਹਦੀ ਵਾਰੀ ਬੱਦੀ ਹੁੰਦੀ ਆ ਅੱਜ ਤਿੰਨਾ ਕਰਾਂ ਜਾਣਾ ਕੱਲ ਨੂੰ ਫੇਰ ਤਿੰਨਾ ਕਰਾਂ ਜਾਣਾ ਤੇ ਉਹ ਕਿਸੇ ਦੇ ਘਰ ਕੋਈ ਚੀਜ਼ ਬਣੀ ਆ ਕਿਸੇ ਘਰ ਸਾਰੀ ਕਿੱਡੇ ਡੱਬੇ ਚ ਪਈ ਜਾਂਦੇ ਸੋਚੋ ਉਹਦਾ ਬੱਚਾ ਕੀ ਵੇਖ ਰਿਹਾ ਫਿਰ ਗੁਰਦਰੇ ਤੁਸੀਂ 50 60 70 ਲੱਖ ਅੱਜ ਤੋਂ ਮਾੜੇ ਤੋਂ ਮਾੜੇ ਗੁਰਦਰੇ ਤੇ ਵੀ ਜੇ ਆਪਾਂ ਵੇਖੀ ਤੇ 40 40 50 50 ਲੱਖ ਕਰੋੜ ਕਰੋੜ ਰੁਪਇਆ ਪੈਂਦੇ ਬਣਦੇ ਨਹੀਂ ਅੱਜ ਤੱਕ ਕਰੋੜ ਦਾ ਬਣਦਾ ਕੀ ਲੱਗਾ ਆ ਠੀਕ ਹੈ ਤੇ ਉੱਥੇ ਕਮੇਟੀਆਂ ਨੂੰ ਚਾਹੀਦਾ ਇੱਥੇ ਵੀ ਜਿੰਨੀਆਂ ਵੀਰਾਂ ਨੂੰ ਮਿਲਦਾ ਮੈਂ ਕਿਹਾ ਵੀ ਜੇ ਤੁਸੀਂ ਵਾਕਿਆ ਕੋਈ ਸੁਧਾਰ ਚਾਹੁੰਦੇ ਹੋ ਨਾ ਤੇ ਆਪਣੇ ਪਿੰਡ ਦੇ ਗੁਰਦੁਆਰਾਲ ਧਿਆਨ ਦਿਓ ਤੁਸੀਂ ਚਾਰ ਜਣ ਰੜ ਕੇ ਪਿੰਡ ਦੇ ਗੁਰਦ ਦੇ ਗਰੰਥੀ ਦੀ ਸੇਵਾ ਚੱਕ ਲੋ ਉਹਨੂੰ ਕਹੋ ਵੀ ਤੇਰਾ ਕੰਮ ਆ ਕਿ ਤੂੰ ਮਨਮਤ ਨਹੀਂ ਕਰਨੀ ਮਨਮਤ ਨਹੀਂ ਕਰਨੀ ਤੂੰ ਬੱਚਿਆਂ ਦੀ ਕਲਾਸਾਂ ਲਾਉਣੀਆਂ ਕਲਾਸਾਂ ਲਾਉਣੀਆਂ ਤੇਰੀ ਤਨਖਾਹ ਦਾ ਪ੍ਰਬੰਧ ਅਸੀਂ ਕਰਾਂਗੇ ਇਹ ਸੁਝਾਅ ਆ ਸਾਡਾ ਇਸ ਓਮਨੀ ਚੈਨਲ ਦੇ ਰਾਈ ਜਿਹੜੇ ਵੀਰ ਘਰਾਂ 'ਚ ਵੀ ਬੈਠੇ ਸੁਣ ਰਹੇ ਆ ਕਿ ਤੁਸੀਂ ਆਪਣੇ ਚਾਰ-ਚਾਰ ਪੰਜ-ਪੰਜ ਅੱਜ ਕੱਲ ਤਾਂ ਮੈਂ ਖਾ ਇੱਕ ਪਿੰਡ 'ਚ ਕਈ-ਕਈ ਪਰਿਵਾਰ ਬਾਹਰ ਆਏ ਆ ਉਹਨਾਂ ਵਾਸਤੇ 150 ਡਾਲਰ ਕੋਈ ਵੱਡੀ ਚੀਜ਼ ਨਹੀਂ ਆ ਉਹ ਆਪਣੇ ਪਿੰਡ 'ਚ ਇੱਕ ਕਮੇਟੀ ਬਣਾ ਲੈਣ ਉਹਨਾਂ ਨੂੰ ਕੋਈ ਵੀ ਤੁਸੀਂ ਗਰੰਟੀ ਦੀ ਸੇਵਾ ਸੰਭਾਲ ਵਾਸਤੇ ਤੁਹਾਡੀ ਜ਼ਿੰਮੇਵਾਰੀ ਆ ਉਹਦਾ ਬੱਚਾ ਚੰਗੇ ਸਕੂਲ ਚ ਪੜੇ ਉਹਦੇ ਪਰਿਵਾਰ ਦੇ ਖਰਚੇ ਆ ਉਹਦੀ ਫਿਕਸ ਤਨਖਾਹ ਬੰਦ ਦੇਣ ਫਿਰ ਸਭ ਤੋਂ ਵੱਡੀ ਗੱਲ ਆ ਕਿ ਉਹ ਉਹ ਕਲਾਸਾਂ ਲਾਵੇ ਗੁਰਮਤਿ ਦੀ ਗੱਲ ਕਰੇ ਉਹਨੂੰ ਪਤਾ ਹੋਵੇ ਕਿ ਜਦੋਂ ਜਦੋਂ ਉਹਦੀ ਤਨਖਾਹ ਹੀ ਉਹਨੂੰ ਕਹਣੀ 6 ਮਹੀਨੇ ਬਾਅਦ ਤਰੀਕਾ ਕਰਨ ਦੀ ਗਰਾਈ ਤੈਨੂੰ ਦੇਵਾਂਗੇ ਦੇਵਾਂਗੇ ਝੋਨਾ ਲੈ ਜੀ ਕਣਕ ਲੈ ਜੀ ਮੱਕੀ ਲੈ ਜੀ ਤੇ ਉਹ ਉੱਤੇ ਫਿਰ ਉਹ ਤੇ ਫਿਰ ਐਦਾਂ ਉਹ ਤੇ ਫਿਰ ਉਡੀਕਦਾ ਫਿਰਦਾ ਉਹ ਤੇ ਫਿਰ ਉਹ ਤੇ ਫਿਰ ਐਦਾਂ ਜਦੋਂ ਉਹਨੂੰ ਆਪਾਂ ਕਹਿੰਦੇ ਵੀ ਤੂੰ ਵੀਰੇ ਦਾ ਪਾਠ ਨਹੀਂ ਕਰਨਾ ਉਹ ਆਂਦਾ ਤੁਹਾਡੇ ਬਾਪੂ ਦੇ ਪੂਰੇ ਨੂੰ 6 ਮਹੀਨੇ ਨਹੀਂ ਹੋ ਗਏ ਤੁਸੀਂ ਪੌਣੇ ਸਾਲ ਦਾ ਪਾਠ ਨਹੀਂ ਕਰਵਾਉਣਾ ਉਹ ਤੇ ਮਨਮਤ ਦੇ ਰਾਹ ਆਪ ਤੋਰਦਾ ਆਪ ਤੋਰਦਾ ਕਿਉਂਕਿ ਉਹਨੂੰ ਪਤਾ ਹੋਵੇ ਉਹ ਤਾਂ ਜਿਵੇਂ ਹੁੰਦਾ ਨਾ ਕਿ ਕਿਸੇ ਨੇ ਇੰਗਲਿਸ਼ ਦਾ ਟੀਚਰ ਰੱਖਿਆ ਸੀ ਤੇ ਉਹ ਪੜ੍ਹਾ ਰਿਹਾ ਸੀ ਉਹਦੀ ਤਨਖਾਹ ਘੱਟ ਸੀ ਕਿ B W O K ਬੋਕ ਤੋਂ ਲਾਗੇ ਕੋ ਪੜ੍ਹਾ ਲਿਖਿਆ ਲੰਗਰੇ ਕਹਿੰਦੇ ਬੋਕ ਨਹੀਂ ਹੁੰਦਾ ਜੀ ਬੁੱਕ ਹੁੰਦਾ ਹੁੰਦਾ ਆਂਦਾ ਇੰਨੇ ਪੈਸੇ ਚ ਬੋਕ ਹੀ ਪੜਾਉਂ ਵੀ ਜਦੋਂ ਮੇਰੀ ਤਨਖਾਹ ਘਟਾ ਤਾਂ ਮੈਂ ਬੋਕ ਉਹਦੋਂ ਪੜਾਉਂ ਜਦੋਂ ਮੇਰੀ ਤਨਖਾਹ ਵਧਾਉਣਗੇ ਬਹੁਤਿਆਂ ਗਰੰਥੀਆਂ ਨੂੰ ਗੁਰਮਤ ਦਾ ਪਤਾ ਵਾ ਪਤਾ ਵਾ ਉਹ ਕਹਿੰਦੇ ਇਹਨਾਂ ਨੂੰ ਗੁਰਮਤ ਸਿਖਾ ਕੇ ਇਹਨਾਂ ਨੇ ਤੇ ਮੁੜ ਕੇ ਸਾਨੂੰ ਰੋਟੀ ਵੀ ਨਹੀਂ ਦੇਣੀ ਹੁਣ ਜੇ ਆਪਾਂ ਇੱਥੋਂ ਦੀ ਗੱਲ ਕਰਦੇ ਆਂ ਤੇ ਇੱਥੇ ਵੀ ਕਈਆਂ ਗੁਰਦਵਾਰਿਆਂ ਦੋ ਫਿਰ ਉਹ ਫਿਰ ਮੁੜ ਕੇ ਜਦੋਂ ਪੱਕੇ ਹੁੰਦੇ ਫਿਰ ਆਪਣੇ ਆਸੇ ਆਸੇ ਪਾਸੇ ਉਡਾਰੀਆਂ ਮਰ ਜਾਂਦੀ ਹੈ